ਦਰਿਆ ਦੇ ਕਿਨਾਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ, ਨਾਲ ਸਿੰਘ ਸਨ। ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਕਰਤਾ ਵੇਖਿਆ, ਕੌਤਕ ਵੇਖਿਆ, ਮੱਛੀਆਂ ਜਿਹੜੀਆਂ ਸਨ ਨਾ ਪਾਣੀ 'ਚ ਤਾਰੀਆਂ ਪੀਆਂ ਲਾਉਂਦੀਆਂ, ਪਾਣੀ ਦੇ ਵਿੱਚੋਂ ਉੱਛਲ ਉੱਛਲ ਕੇ ਉਹਨਾਂ ਨੂੰ ਜਾ ਰਹੀਆਂ ਸਨ ਦਰਿਆ ਦੇ ਵਿੱਚ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖ ਕੇ ਹੱਸੇ। ਸਿੰਘ ਜਿਹੜੇ ਸਨ ਨਾਲ ਖਾਲਸਾ ਸੈਨਾ, ਉਹ ਕਹਿਣ ਲੱਗੇ ਮਹਾਰਾਜ ਆ ਮੱਛੀਆਂ ਵੇਖ ਕੇ ਹੱਸਦੇ ਪਾਇਓ, ਅੱਗੇ ਕਦੀਆਂ ਮੱਛੀਆਂ ਨਹੀਂ ਵੇਖੀ। ਸੱਚੇ ਪਾਤਸ਼ਾਹ ਕਹਿੰਦੇ ਨੇ ਮੱਛੀਆਂ ਤਾਂ ਵੇਖੀਆਂ ਨੇ, ਪਰ ਆਹ ਵੇਖੋ ਤਾਰੀਆਂ ਮਾਰਦੀਆਂ ਪਈਆਂ, ਪਾਣੀ ਤੋਂ ਭੁੜਕ ਭੁੜਕ ਕੇ ਉਹ ਤਾਂ ਜਾਂਦੀਆਂ, ਫਿਰ ਪਾਣੀ ਵਿੱਚ ਆ ਕੇ ਡਿੱਗ ਜਾਂਦੀਆਂ। ਸੱਚੇ ਪਾਤਸ਼ਾਹ ਮਹਾਰਾਜ ਮੁਸਕਰਾਏ ਅਤੇ ਸਿੰਘਾਂ ਨੇ ਕਿਹਾ ਇਹਨਾਂ ਦੀ ਮੌਜ ਹੈ, ਪਤਾ ਨਹੀਂ ਕਿਉਂ ਹੱਸ ਰਹੇ ਨੇ। ਗੁਰਦੇਵ ਗਰੀਬ ਨਿਵਾਜ ਨੇ ਫਿਰ ਆਕਾਸ਼ ਵੱਲ ਵੀ ਵੇਖਿਆ, ਆਕਾਸ਼ ਵੱਲ ਵੇਖ ਕੇ ਫਿਰ ਹੱਸੇ, ਮਹਾਰਾਜ ਹੁਣ ਕੀ ਗੱਲ ਹੋਈ ਹੈ, ਕੀ ਨਜ਼ਰ ਆਇਆ ਤੁਹਾਨੂੰ ਫਿਰ ਹੱਸ ਪਏ। ਗੁਰਦੇਵ ਮਹਾਰਾਜ ਪਿਛਲੇ ਪਾਸੇ ਜੰਗਲੀ ਇਲਾਕੇ ਵੱਲ ਮੈਦਾਨ ਵੱਲ ਵੇਖਿਆ, ਆਪ ਜੀ ਨੇ ਵੇਖ ਕੇ ਸਿੰਘਾਂ ਵੱਲ ਮੂੰਹ ਕੀਤਾ, ਫਿਰ ਮੁਸਕਰਾ ਪਏ। ਹਜ਼ੂਰ ਗਰੀਬ ਨਿਵਾਜ ਨੇ ਪਹਾੜੀ ਵੱਲ ਵੀ ਵੇਖਿਆ ਅਤੇ ਹੱਸ ਪਏ, ਮਹਾਰਾਜ ਇਹ ਕੀ ਕਰਤੱਵ ਹੈ, ਕੀ ਕੌਤਕ ਹੈ, ਗੁਰਦੇਵ ਹੱਸਦੇ ਹੋ, ਪਾਣੀ ਦੀ ਮੱਛੀ ਨੂੰ ਵੇਖ ਕੇ, ਆਕਾਸ਼ ਵੱਲ ਵੇਖ ਕੇ, ਮੈਦਾਨ ਵੱਲ ਵੇਖ ਕੇ ਅਤੇ ਪਹਾੜ ਵੱਲ ਵੇਖ ਕੇ ਹੱਸਣ ਦੇ ਕਾਰਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਕਾਰਨ ਹੁਣੇ ਆ ਜਾਏਗਾ, ਕਾਰਨ ਹੁਣੇ ਮੱਛੀਆਂ ਤਾਰੀਆਂ ਪੀਆਂ ਮਾਰਦੀਆਂ ਨੇ। ਮੈਦਾਨੀ ਇਲਾਕੇ ਦੇ ਵਿੱਚੋਂ ਇੱਕ ਹਰਨ ਆਇਆ, ਪਿਆਸਾ ਹੋਇਆ, ਪਾਣੀ ਪੀਣ ਵਾਸਤੇ ਭੱਜਾ ਭੱਜਾ ਦਰਿਆ ਦੇ ਕਿਨਾਰੇ 'ਤੇ ਆ ਕੇ ਖੜ੍ਹਾ ਹੋ ਗਿਆ। ਸਵੱਛ ਜਲ ਨੂੰ ਵੇਖ ਕੇ ਥੋੜ੍ਹੀ ਪਹਿਲਾਂ ਥਕਾਨ ਲਾਈ ਅਤੇ ਮੂੰਹ ਪਾਣੀ ਵਿੱਚ ਪਾ ਦਿੱਤਾ, ਦਰਿਆ ਦੇ ਅੰਦਰ ਪਾਣੀ ਪੀਣ ਲੱਗ ਗਿਆ। ਜਦੋਂ ਦੋ ਚਾਰ ਘੁੱਟ ਪਾਣੀ ਦੇ ਪੀਤੇ, ਇੱਕ ਵੱਡੀ ਸਾਰੀ ਮੱਛੀ ਨੇ ਛਾਲ ਮਾਰੀ ਅਤੇ ਛਾਲ ਮਾਰ ਕੇ ਪਾਣੀ ਦੇ ਵਿੱਚ ਡਿੱਗਣ ਦੀ ਬਜਾਏ ਹਰਨ ਦੇ ਸਿੰਘਾਂ ਵਿੱਚ ਆ ਕੇ ਫਸ ਗਈ, ਹਰਨ ਦੇ ਸਿੰਘਾਂ ਵਿੱਚ ਆ ਕੇ ਡਿੱਗ ਪਈ। ਸੱਚੇ ਪਾਤਸ਼ਾਹ ਮਹਾਰਾਜ ਹੱਸੇ, ਮੱਛੀ ਤੜਫੇ, ਹਰਨ ਵੀ ਸਿਰ ਘੁਮਾਏ, ਮਹਾਰਾਜ ਵੇਖ ਕੇ ਹੱਸਣ, ਮਹਾਰਾਜ ਹੱਸ ਰਹੇ ਹੋ, ਅਤੇ ਮੱਛੀ ਫਸ ਗਈ, ਜੀਵ ਆਪੋ ਵਿੱਚ ਫਸ ਗਏ। ਗੁਰਦੇਵ ਨੇ ਆਕਾਸ਼ ਵੱਲ ਵੇਖਿਆ, ਇੰਨੇ ਨੂੰ ਕੀ ਹੋਇਆ ਕਿ ਗਗਨ ਆਕਾਸ਼ ਵਿੱਚ ਉਡਾਰੀ ਮਾਰ ਰਹੀ ਇੱਕ ਇੱਲ ਬੜੀ ਤੇਜ਼ੀ ਨਾਲ ਆਈ ਧਰਤੀ ਵੱਲ ਛੂਕਦੀ, ਕਿਉਂਕਿ ਉਹਦੀ ਨਿਗਾਹ ਬੜੀ ਤੇਜ਼, ਮੱਛੀ ਦੇ ਚਾਨੇ ਸਕਿਨ ਚਮਕੀ ਅਤੇ ਸਕਿਨ ਚਮਕੀ ਹੋਈ ਨੂੰ ਵੇਖ ਕੇ ਉਹਨੂੰ ਆਪਣਾ ਭੋਜਨ ਲੱਭਿਆ, ਆਕਾਸ਼ ਵੱਲੋਂ ਭੱਜੀ ਆਈ ਬੜੀ ਤੇਜ਼ੀ ਨਾਲ ਅਤੇ ਹਰਨ ਦੇ ਮੱਥੇ ਦੇ ਕੋਲ ਆ ਕੇ ਆਪਣਿਆਂ ਪੈਰਾਂ ਦੇ ਨਾਲ ਮੱਛੀ ਨੂੰ ਪੈਰਾਂ ਦੇ ਵਿੱਚ ਜਕੜ ਕੇ ਜਦੋਂ ਉਡਾਰੀ ਮਾਰਨ ਲੱਗੀ ਅਤੇ ਖੰਭ ਜਿਹੜੇ ਸਨ ਉਲਾਰੇ ਅਤੇ ਖੰਭ ਜਿਹੜੇ ਸਨ ਸਿੰਘਾਂ ਵਿੱਚ ਜਾ ਫਸ ਗਏ, ਖੰਭ ਸਿੰਘਾਂ ਵਿੱਚ ਜਾ ਫਸ ਗਏ। ਮਹਾਰਾਜ ਫਿਰ ਹੱਸ ਪਏ। ਫਿਰ ਇਸ ਪਾਸੇ ਵੇਖਿਆ ਗੁਰਦੇਵ ਨੇ, ਇੱਕ ਛੂਕਦਾ ਹੋਇਆ ਤੀਰ ਆਇਆ, ਛੂਕਦਾ ਹੋਇਆ ਤੀਰ ਆ ਕੇ ਇੱਲ ਦੇ ਵੱਜਾ, ਮੱਛੀ ਦੇ ਵੱਜਾ, ਹਿਰਨ ਦੇ ਮੱਥੇ ਵਿੱਚ ਵੱਜਾ, ਤਿੰਨੇ ਫੁੜਕ ਕੇ ਧਰਤੀ 'ਤੇ ਡਿੱਗ ਪਏ। ਗੁਰਦੇਵ ਗਰੀਬ ਨਿਵਾਜ ਪਾਤਸ਼ਾਹ ਫਿਰ ਹੱਸਣ ਲੱਗੇ, ਮਹਾਰਾਜ ਇਹ ਮੌਤ ਹੋ ਗਈ ਹੈ ਅਤੇ ਤੁਸੀਂ ਹੱਸਦੇ ਪਇਓ। ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਹੱਸਣ ਦਾ ਮਤਲਬ ਨਹੀਂ, ਚਲੋ ਵੇਖੀਏ ਇਹ ਤੀਰ ਆਇਆ ਕਿੱਧਰੋਂ। ਜਦੋਂ ਉਹ ਤੀਰ ਦੀ ਸੇਧ ਵਾਲੇ ਪਾਸੇ ਗਏ, ਪਹੁੰਚੇ ਉਸ ਜਗ੍ਹਾ 'ਤੇ ਜਿਸ ਪਾਸਿਓਂ ਤੀਰ ਆਇਆ, ਦਰਖਤ ਵੇਖਿਆ, ਦਰਖਤ ਦੀ ਆੜ ਦੇ ਵਿੱਚ ਇੱਕ ਸ਼ਿਕਾਰੀ ਜਿਹਨੇ ਤੀਰ ਦਾ ਨਿਸ਼ਾਨਾ ਲਾ ਕੇ ਹਰਨ ਨੂੰ ਮਾਰਨਾ ਚਾਹਿਆ, ਪਰ ਤਿੰਨਾਂ ਨੂੰ ਵਿੰਡਦਾ ਹੋਇਆ ਇਹ ਮੌਤ ਤਿੰਨਾਂ ਦੀ ਕਰਤੀ। ਇਹ ਹਰਨ ਜਿਹੜਾ ਸ਼ਿਕਾਰੀ ਹੈ, ਇਹ ਵੀ ਦਰਖਤ ਦੀ ਛਾਵੇਂ ਡਿੱਗਾ ਹੋਇਆ। ਸੱਚੇ ਪਾਤਸ਼ਾਹ ਕਹਿੰਦੇ ਇਹ ਕਿਉਂ ਡਿੱਗ ਗਿਆ, ਇਹਨੇ ਤਾਂ ਤੀਰ ਮਾਰਿਆ ਸੀ, ਇਹ ਕਿਉਂ ਡਿੱਗ ਗਿਆ? ਜਦੋਂ ਨੇੜੇ ਹੋ ਕੇ ਵੇਖਿਆ ਤੇ ਨੇੜੇ ਇੱਕ ਫਨੀਅਰ ਨਾਗ ਪਿਆ, ਉਹਦੀ ਵੀ ਖੋਪੜੀ ਟੁੱਟੀ ਪਈ। ਮਹਾਰਾਜ ਕਹਿੰਦੇ ਇਹ ਕੀ ਕਾਰਨ ਬਣਿਆ ਬਈ, ਕਮਾਲ ਹੋ ਗਈ। ਕਿਉਂਕਿ ਦਰਖਤ ਦੀ ਜੜ੍ਹ ਦੇ ਵਿੱਚ ਇੱਕ ਖੁੱਡ ਸੀ ਜਿੱਥੇ ਇਹਨੇ ਨਿਸ਼ਾਨਾ ਲਾਇਆ, ਅਤੇ ਇਸ ਪਾਸਿਓਂ ਇਹਨੇ ਨਿਸ਼ਾਨਾ ਛੱਡਿਆ, ਥੱਲਿਓਂ ਸੱਪ ਨਿਕਲਿਆ, ਉਹਨੇ ਡੰਗ ਮਾਰਿਆ, ਇਹਨਾਂ ਦੀ ਮੌਤ ਹੋਈ, ਤਿੰਨ ਜਣਿਆਂ ਦੀ ਹੋਰ ਮੌਤ ਹੋਈ, ਪੰਜ ਜਣਿਆਂ ਦੀ ਮੌਤ ਵੇਖ ਕੇ ਸੱਚੇ ਪਾਤਸ਼ਾਹ ਕਹਿੰਦੇ ਆ ਪਤਾ ਕੀ, ਸਕਲ ਕਾਲ ਕਾ ਕੀ ਆ ਤਮਾਸ਼ਾ, ਇਹ ਕਾਲ ਦਾ ਤਮਾਸ਼ਾ ਹੈ। ਅਤੇ ਗੁਰਦੇਵ ਮਹਾਰਾਜ ਲਿਖਦੇ ਕਲਮ ਪਕੜ ਕੇ, ਕਿਤੇ ਕਪਰ
ਬਸ ਤੇਜ ਮੈਂ ਅਤੇਜ ਲੀਨ ਤਹੀਂ ਤੇ ਉਪਜ ਸਭ ਤਹੀਂ ਮਿਲ ਸਮਾਏ ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾ ਹੈ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ ਨਾ ਹੈ ਸਿੰਘਾਂ ਨੇ ਇਹ ਕਰਤਾ ਵੇਖਿਆ ਤੇ ਸਤਿਗੁਰੂ ਕਹਿੰਦੇ ਕਾਲ ਪਾਏ ਬ੍ਰਹਮਾ ਬਾਬ ਧਰਾ ਕਾਲ ਪਾਏ ਸ਼ਿਵਜੂ ਅਵਤਾਰਾ ਕਾਲ ਪਾਰ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਇਹ ਕਾਲ ਦਾ ਤਮਾਸ਼ਾ ਹੈ ਦੁਨੀਆਂ ਦੇ ਅੰਦਰ ਕਾਲ ਦੇ ਤਮਾਸ਼ੇ ਨੇ ਆਪਣਾ ਤਮਾਸ਼ਾ ਲਾਣਾ ਤੇ ਖਾਲਸਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੁਜਾਰੀ ਹੋ ਗੁਰੂ ਨਾਨਕ ਸਾਹਿਬ ਦੇ ਪੰਥ ਦੇ ਹਾਮੀ ਹੋ ਆਗੂ ਤੁਹਾਨੂੰ ਕਾਲ ਦਾ ਤਮਾਸ਼ਾ ਸਤਾਵੇ ਨਾ ਵੜ ਕੇ ਕਾਲ ਦੇ ਤਮਾਸ਼ੇ ਵਿੱਚੋਂ ਜਿੱਤ ਕੇ ਨਿਕਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਦੀ ਅੱਗ ਬਲਦੀ ਵੇਖੀ ਹੁਣ ਕਿਹੜਾ ਆਦਮੀ ਜਿਹੜਾ ਕਹੇਗਾ ਅੱਗ ਬਲਦੀ ਨਹੀਂ ਵੇਖੀ ਹਾਂ ਮਹਾਰਾਜ ਵੇਖੀ ਅੱਗ ਬਲਦੀ ਸੱਚੇ ਪਾਤਸ਼ਾਹ ਕਹਿੰਦੇ ਅੱਗ ਬਲਦੀ ਵੇਖੀ ਹੈ ਨਾ ਹਾਂ ਵੇਖੀ ਹੈ ਜੀ ਕਹਿੰਦੇ ਕੀ ਹੁੰਦਾ ਕਹਿੰਦੇ ਅੱਗ ਦੇ ਭਾਂਬੜ ਮੱਚਦੇ ਨੇ ਉਤਾਂ ਨੂੰ ਤੇ ਚੰਗਿਆੜੇ ਉੱਪਰ ਨੂੰ ਜਾਂਦੇ ਨੇ ਕਹਿੰਦੇ ਕਿੰਨੇ ਕੁ ਉੱਚੇ ਕਹਿੰਦੇ ਜੀ ਥੋੜ੍ਹਾ ਹੀ ਉੱਚਾ ਜਾ ਕੇ ਬੁੱਝ ਜਾਂਦੇ ਨੇ ਕਹਿੰਦੇ ਦਰਿਆ ਦੇ ਕਿਨਾਰੇ ਕਦੀ ਗਏ ਉਹ ਪਾਣੀ ਦੀਆਂ ਲਹਿਰਾਂ ਵੇਖੀਆਂ ਕਹਿੰਦੇ ਜੀ ਵੇਖੀਆਂ ਕਹਿੰਦੇ ਪਾਣੀ ਦੀਆਂ ਲਹਿਰਾਂ ਕਿੱਥੇ ਜਾਂਦੀਆਂ ਕਹਿੰਦੇ ਜੀ ਪਾਣੀ ਵਿੱਚ ਸਮਾ ਜਾਂਦੀਆਂ ਗੱਡੀਆਂ ਮੋਟਰਾਂ ਪਸ਼ੂ ਪੰਖੀ ਲੰਘਦੇ ਨੇ ਧੂੜ ਉੱਡਦੀ ਏ ਧੂੜ ਆਕਾਸ਼ ਵੱਲ ਜਾਂਦੀ ਏ ਮੁੜ ਕੇ ਉਹ ਮਿੱਟੀ ਕਿੱਥੇ ਆ ਕੇ ਬਹਿੰਦੀ ਧਰਤੀ ਦੇ ਵਿੱਚ ਜਾ ਕੇ ਬਹਿ ਜਾਂਦੀ ਸੱਚੇ ਪਾਤਸ਼ਾਹ ਕਹਿੰਦੇ ਇਹ ਸਾਰੀਆਂ ਚੀਜ਼ਾਂ ਪ੍ਰਕਿਰਤੀ ਵੱਲ ਆਉਣਗੀਆਂ ਇੱਕ ਚੀਜ਼ ਉੱਪਰ ਜਾਂਦੀ ਹੈ ਬਾਕੀ ਸਾਰੀਆਂ ਚੀਜ਼ਾਂ ਥੱਲੇ ਆਉਂਦੀਆਂ ਨੇ ਜਿਹੜੀ ਚੀਜ਼ ਪੱਥਰ ਸਿੱਟੋ ਥੱਲੇ ਆਏਗਾ ਰੁਮਾਲ ਸਿੱਟੋ ਕਾਗਜ਼ ਸਿੱਟੋ ਥੱਲੇ ਆਏਗਾ ਘਾਹ ਕੁਝ ਵੀ ਚੀਜ਼ ਧਰਤੀ ਦੀ ਬਣੀ ਹੋਈ ਪ੍ਰਕਿਰਤੀ ਤੋਂ ਉੱਪਰ ਵਗਾ ਕੇ ਮਾਰੋਗੇ ਥੱਲੇ ਆਏਗੀ ਪਰ ਇੱਕ ਚੀਜ਼ ਥੱਲੇ ਨਹੀਂ ਆਉਂਦੀ ਉਹ ਕਿਹੜੀ ਚੀਜ਼ ਹੈ ਹਜ਼ੂਰ ਪਾਤਸ਼ਾਹ ਜੀ ਫਰਮਾਨ ਕਰਦੇ ਕਹਿੰਦੇ ਨੇ ਜੈਸੇ ਇੱਕ ਅੱਗ ਤੇ ਕੰਨੂਕਾ ਕੋਟ ਆ ਕੇ ਉੱਠੇ ਨਿਆਰੇ ਨਿਆਰੇ ਹੋ ਕੇ ਫਿਰ ਅੱਗ ਮੇ ਸਮਾਹੇਗੇ ਚੰਗਿਆੜੇ ਚੰਗਿਆੜੇ ਉੱਪਰ ਨੂੰ ਗਏ ਧਰਤੀ ਵਾਲੇ ਪਾਸੇ ਆਕਾਸ਼ ਨੂੰ ਬੜਾ ਜ਼ੋਰ ਲਾਇਆ ਕਿ ਉੱਪਰ ਜਾਈਏ ਬੁੱਝ ਗਏ ਬੁੱਝਦੇ ਹੋਏ ਚੰਗਿਆੜੇ ਮੁੜ ਕੇ ਅੱਗ ਦੇ ਸਵਾ ਵਿੱਚ ਆ ਕੇ ਡਿੱਗ ਪਏ ਜੈਸੇ ਇੱਕ ਅੱਗ ਤੇ ਕਨੂਕਾ ਕੋਟ ਆਗ ਉੱਠੇ ਨਿਆਰੇ ਨਿਆਰੇ ਹੋ ਕੇ ਫਿਰ ਅੱਗ ਮੇ ਸਮਾਹੇਗੇ ਜੈਸੇ ਇੱਕ ਧੂਲ ਤੇ ਅਨੇਕ ਧੂਲ ਪੂਰਤਾ ਹੈ ਧੂਲ ਕੇ ਕਨੂਕਾ ਸਭ ਧੂਲ ਹੀ ਸਮਾਹੇਗੇ ਜੈਸੇ ਇੱਕ ਨਦ ਤੇ ਤਰੰਗ ਪਾਣ ਉਪਜੇ ਤੇ ਨਦ ਕੇ ਤਰੰਗ ਸਭ ਪਾਣ ਹੀ ਸਵਰੂਪ ਤੇ ਅਭੁਤ ਭੁਤ ਪ੍ਰਗਟ ਹੋਏ ਤਹੀਂ ਤੇ ਉਪਜ ਸਭ ਤਹੀਂ ਮੈਂ ਸਮਾਏ ਜੋਤ ਪਰਮ ਜੋਤ ਵਿੱਚ ਜਾ ਕੇ ਸਮਾ ਜਾਣੀ ਸਰੀਰ ਇੱਥੇ ਰਹਿ ਜਾਣਾ ਸਰੀਰ ਮਿੱਟੀ ਤੋਂ ਬਣਿਆ ਪ੍ਰਕਿਰਤੀ ਤੋਂ ਇੱਥੇ ਡਿੱਗ ਜਾਏਗਾ ਧਰਤੀ ਦੇ ਉੱਪਰ ਇਹਨੂੰ ਭਾਵੇਂ ਸੰਸਕਾਰ ਕਰ ਦਿਓ ਭਾਵੇਂ ਦਫਨਾ ਦਿਓ ਭਾਵੇਂ ਪਾਣੀ ਵਿਛੜ ਦਿਓ ਪਰ ਉੱਪਰ ਕਿਹੜੀ ਚੀਜ਼ ਜਾਣੀ ਆਤਮਾ ਪਰਮਾਤਮਾ ਜੋਤ ਨਿਰੰਕਾਰ ਦੇ ਦੇਸ਼ ਨੂੰ ਪਰਮ ਜੋਤ ਵਿੱਚ ਜਾ ਕੇ ਸਮਾ ਜਾਣੀ ਬਾਕੀ ਸਾਰੀਆਂ ਚੀਜ਼ਾਂ ਧਰਤੀ 'ਤੇ ਆ ਕੇ ਡਿੱਗ ਜਾਣੀਆਂ ਨੇ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਬਸ ਇਹੀ ਸ਼ਹਿਰ ਮੇਲਾ ਇੱਕ ਦਿਨ ਐਸਾ ਹੋਏਗਾ ਐਸਾ ਕਹਿੰਦੇ ਧਰਤੀ ਵੀ ਨਹੀਂ ਰਹਿਣੀ ਆਕਾਸ਼ ਵੀ ਨਹੀਂ ਰਹਿਣਾ ਹੁਣ ਗਿਣਤੀ ਕਰਨਗੇ ਮਾਰੂ ਰਾਗ ਮਾਰੂ ਮਹੱਲਾ ਪਹਿਲਾ ਪੌੜੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਪ ਉਹਨਾਂ ਚੀਜ਼ਾਂ ਵੱਲ ਧਿਆਨ ਕਰਨਾ ਕਿ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਕੋਈ ਚੀਜ਼ ਧਰਤੀ 'ਤੇ ਨਹੀਂ ਰਹਿਣੀ ਸ਼੍ਰਵਣ ਕਰੀਏ ਦਾਸ ਪੌੜੀ ਪੜਦਾ ਤੇ ਆਪ ਜੀ ਸ਼੍ਰਵਣ ਕਰੋ ਉਸ ਤੋਂ ਬਾਅਦ ਅਗਲਾ ਸਬਜੈਕਟ ਪੀਰ ਪਕਾ
धन गुरु नानक साहब कहंदे सारियां चीजां बिनस जानियां, धरती चला जाना, आकाश चले जाना, ब्रह्मंड तारे सियारे न्यारे कुछ नहीं रहनी दुनिया। रोजे देन वाले काजी बांगा देन वाले जोगी जदी संगम सरेबड़े सारे धरती च नहीं रहने। लख चौरासी मेदनी जिनी मिट जानी है, एक चीज निचल रहेगी, निचल सच खुदाए एक। जे खुदा एक रहेगा ते नाल कोई होर भी रहेगा। निचल सच खुदाए एक, पाशा कहंदे खुदाए बंदा, दूजा रहेगा खुदा दा बंदा। कबीर साहब धरती ते ने, रविदास धरती, भगत बाबा फरीद साहब 15 दे 15 भगत धरती ते जीउंदे ने। जितने शहीद ने सिख कौम दे जां दूजे धर्मां दे सारे धरती ते जी रहे ने। जितने अवतार सिद्धनाथ जंगम अकाल पुरख की पूजा करन वाले सारे धरती ते जी रहे ने। नेचल सच खुदाए एक, नाम रहे हो साधु रहे हो। दुनिया के अंदर तीन ताकत रह जानी, संसार खत्म हो जाएगा, नाम रह जाएगा परमात्मा का। नाम रहे हो साधु रहे हो, रहे हो गुरु गोबिंद कहो नानक ए जगत मैं किन जपे हो गुरमन।